ਸਬਸਕ੍ਰਾਈਬ ਕਰੋ ਖਤਰਾ LSI ਕੇ ਯੂਟਿਊਬ ਚੈਨਲ ਨੂੰ ਅਤੇ ਬੈਲ ਦਾ ਆਇਕਨ ਜ਼ਰੂਰ ਦਬੋ। ਹਾਂਜੀ, ਸਵਾਗਤ ਆ ਤੁਹਾਡਾ ਖਤਰਾ LSI ਕੇ ਯੂਟਿਊਬ ਚੈਨਲ 'ਤੇ, ਜਿੱਥੇ ਤੁਸੀਂ ਬਹੁਤ ਕੁਝ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ। ਹੋਰ ਵੀ ਅਸੀਂ ਕਈ ਵੀਡੀਓਜ਼ ਪਾਈਆਂ ਹੋਈਆਂ ਨੇ, ਲਗਭਗ 362 ਵੀਡੀਓ ਪਾ ਚੁੱਕੇ ਹਾਂ ਇਸ ਤੋਂ ਪਹਿਲਾਂ 63। ਆਹ 364 ਨੰਬਰ ਵੀਡੀਓ ਆ, ਅਤੇ ਤੁਸੀਂ ਪਲੇਲਿਸਟ 'ਚ ਕੈਟਾਗਰੀ ਦੇ ਹਿਸਾਬ ਨਾਲ ਆਪਣੇ ਹਿਸਾਬ ਦੀਆਂ ਵੀਡੀਓ ਦੇਖ ਸਕਦੇ ਹੋ, ਜਿਵੇਂ ਫਰਦ ਵਾਲੀਆਂ ਦੇਖਣੀਆਂ ਕਿਸੇ ਨੇ, ਜਮ੍ਹਾਂਬੰਦੀ ਵਾਲੀਆਂ ਆਦਿ, ਅਜਿਹੀਆਂ ਵੀਡੀਓ ਉੱਥੇ ਕਾਫੀ ਅਵੇਲੇਬਲ ਹੈਗੀਆਂ ਨੇ। ਅਤੇ ਪਹਿਲਾਂ ਅਸੀਂ ਵੀਡੀਓ ਪਾਈ ਸੀ ਆ ਕੱਦੂਆਂ ਵਾਲੀ, ਕੱਦੂਆਂ ਵਾਲੀ ਵੀਡੀਓ ਪਾਈ ਸੀ ਵੀ ਕੱਦੂਆਂ ਦੀ ਕਟਿੰਗ ਕਰਕੇ ਕਿਵੇਂ ਵੱਧ ਤੋਂ ਵੱਧ ਕੱਦੂ ਪਾ ਸਕਦੇ ਹਾਂ। ਉਹ ਤੁਸੀਂ ਪਹਿਲਾਂ ਵਾਲੀਆਂ 3-4 ਵੀਡੀਓ ਨੇ ਉੱਪਰ ਨਾ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ ਸਾਹਮਣੇ ਤੁਹਾਡੇ, ਅਤੇ ਉਹ ਵੀਡੀਓ ਦੇਖ ਕੇ ਤੁਸੀਂ ਫਿਰ ਤੁਹਾਨੂੰ ਇਹ ਵੀਡੀਓ ਸਮਝ ਆਊਗੀ, ਕਿਉਂਕਿ ਉਸ ਤੋਂ ਬਾਅਦ ਜਦੋਂ ਕਟਿੰਗ ਕਰਦੇ ਹਾਂ ਕੱਦੂ ਲੱਗਦੇ ਆ, ਅਤੇ ਕਈ ਵੀਰ ਕਹਿੰਦੇ ਸੀ ਵੀ ਕੱਦੂ ਮੱਚਦੇ ਨੇ, ਤਾਂ ਆਪ ਚੀਜ਼ ਪਾ ਕੇ ਤੁਸੀਂ ਕੱਦੂ ਤੁਹਾਡੇ ਮੱਚਣ ਨੂੰ ਹਟ ਜਾਣਗੇ 100%। ਇੱਕ ਅਸੀਂ ਹੋਰ ਵੀ ਵੀਡੀਓ ਪਾਈ ਸੀ ਖੱਟੀ ਲੱਸੀ ਵਾਲੀ, ਉਹ ਵੀ ਦੇਖ ਸਕਦੇ ਹੋ। ਆਹ ਤੁਸੀਂ ਸਾਲ ਤੋਂ 2 ਸਾਲ ਪੁਰਾਣੀਆਂ ਪਾਥੀਆਂ ਲੈਣੀਆਂ, 6 ਮਹੀਨੇ ਪੁਰਾਣੀਆਂ ਤਾਂ ਪੱਕੇ ਹੁਣ ਪਾਥੀ ਲੈਣੀ ਆ, ਅਤੇ ਇਹ ਪਾਥੀਆਂ ਜਿਹੜੀਆਂ ਸਾਡੇ ਕੋਲ 2-2.5 ਸਾਲ ਪੁਰਾਣੀਆਂ ਰੱਖੀਆਂ ਹੋਈਆਂ ਨੇ, ਅਤੇ ਤੁਸੀਂ ਸਾਲ ਪੁਰਾਣੀ ਪਾਥੀ ਘੱਟੋ ਘੱਟ ਹੋਵੇ ਇਹਦੇ ਲਈ, ਜੇ 100% ਰਿਜ਼ਲਟ ਚਾਹੀਦਾ। ਜਿਵੇਂ ਕਿ ਆਪਾਂ ਤੁਹਾਨੂੰ 1 ਜਾਂ 2 ਪਾਥੀਆਂ ਬੱਲਾਂ ਲਈ ਕਾਫੀ ਰਹਿੰਦੀਆਂ ਨੇ, ਅਤੇ ਇਹਨੂੰ ਤੁਸੀਂ ਹੋਰ ਵੀ ਫਸਲਾਂ 'ਤੇ ਛਿੜਕ ਸਕਦੇ ਹੋ। ਪਿਛਲੇ ਸਾਲ ਅਸੀਂ ਵੀਡੀਓ ਪਾਈਆਂ ਸੀ ਝੋਨੇ 'ਤੇ ਛਿੜਕਣ ਵਾਲੀਆਂ, ਇਹਨੂੰ ਤੁਸੀਂ ਇਸ ਤਰ੍ਹਾਂ ਤੋੜ ਕੇ, ਆਹ ਡੱਬਾ ਥੋੜ੍ਹਾ ਛੋਟਾ, ਤੁਸੀਂ ਵੱਡੇ ਡੱਬੇ 'ਚ ਪਾਉਣਾ ਜਿਹੜਾ ਢੱਕਿਆ ਜਾਵੇ, ਜਾਂ ਕੋਈ ਢੋਲ ਹੋਵੇ, ਅਸੀਂ ਤੁਹਾਨੂੰ ਇੱਕ ਤਰੀਕੇ ਅਨੁਸਾਰ ਇਹ ਦੱਸ ਰਹੇ ਹਾਂ ਕਿ ਉਸ ਤੋਂ ਬਾਅਦ ਇਹ 'ਚ ਇਸ ਤਰ੍ਹਾਂ ਪਾ ਕੇ ਤੋੜ ਕੇ ਇਹਨੂੰ ਪਾਥੀ ਨੂੰ ਇਹ 'ਚ ਪਾਣੀ ਪਾ ਕੇ ਤੁਸੀਂ ਇਹਨੂੰ ਰੱਖ ਦੇਣਾ ਹੈਗਾ। ਇਹ ਜਦੋਂ ਤੁਸੀਂ ਪਾਣੀ ਪਾਓਗੇ ਇਹਦੇ ਵਿੱਚ, ਤਾਂ ਇਹ ਯਾਦ ਰੱਖੋ ਵੀ ਇਹ ਫੁੱਲ ਪੂਰੀ ਤਰ੍ਹਾਂ ਢੱਕੀਆਂ ਜਾਣ, ਉੱਤੇ ਇਹਦੇ ਕੋਈ ਢੱਕਣ ਵਗੈਰਾ ਆ ਜਾਏ, ਇਹਨੂੰ ਢੱਕ ਕੇ ਰੱਖਣਾ ਆਪਾਂ, ਇਹਨੂੰ ਪਾ ਕੇ ਪਾਥੀਆਂ ਪਾਣੀ ਦਾ ਭਰ ਕੇ ਇਹਨੂੰ, ਅਤੇ ਪਾਥੀਆਂ ਜਿਹੜੀਆਂ ਤੁਸੀਂ, ਜੇ ਤੁਹਾਡੇ ਕੋਲ ਵੱਡਾ ਢੋਲ ਆ ਥੋੜ੍ਹਾ ਕੋਈ ਡਰੰਮੀ ਵਗੈਰਾ, ਤਾਂ ਭੰਨਣ ਦੀ ਵੀ ਤੁਹਾਨੂੰ ਲੋੜ ਨਹੀਂ, ਅਤੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਢੱਕ ਦੇਣਾ ਹੈਗਾ। ਇਹ ਘੋਲ ਜਿਹੜਾ 4 ਦਿਨਾਂ ਤੋਂ ਵੱਧ ਵੱਧ ਕਿੰਨੇ ਦਿਨ ਹੀ ਤੁਸੀਂ ਰੱਖ ਲਓ, ਵੈਸੇ ਮੇਨ 4-5 ਕੁ ਦਿਨਾਂ 'ਚ ਇਹ ਤਿਆਰ ਹੋ ਜਾਂਦਾ, 4-5 ਦਿਨਾਂ ਬਾਅਦ ਇਹ ਘੋਲ ਤਿਆਰ ਹੋ ਜੂਗਾ। ਇਸ ਤਰ੍ਹਾਂ ਇਹਨੂੰ ਤੁਸੀਂ ਪਾਣੀ ਪਾ ਕੇ ਚੰਗੀ ਤਰ੍ਹਾਂ ਕਿਸੇ ਵਧੀਆ ਜਗ੍ਹਾ 'ਤੇ, ਠੰਡੀ ਜਗ੍ਹਾ 'ਤੇ, ਜ਼ਿਆਦਾ ਧੁੱਪ ਇਹ ਵੀ ਨਾ ਹੋਵੇ, ਧੁੱਪੇ ਧਰ ਦਿਓ ਜਾਂ ਜਮ੍ਹਾਂ ਠੰਡੀ ਜਗ੍ਹਾ 'ਤੇ ਆਮ ਜਿਹੇ ਤਾਪਮਾਨ 'ਤੇ ਰੱਖ ਦਿਓ। ਅਤੇ ਆ ਦੇਖੋ, ਅਸੀਂ ਪਹਿਲਾਂ ਇਹ ਪਾਈਆਂ ਹੋਈਆਂ ਸੀ ਆਹ ਛੋਟੀਆਂ ਛੋਟੀਆਂ ਬੱਲਾਂ ਇਹਦੇ ਉੱਤੇ, ਅਤੇ ਇਹਨਾਂ 'ਤੇ ਕੱਦੂ, ਆਹ ਤੁਹਾਨੂੰ ਪਿਛਲੀ ਵੀਡੀਓ, ਅੱਜ ਦੀ ਵੀਡੀਓ ਤੁਹਾਨੂੰ ਦੁਬਾਰਾ ਦਿਖਾਵਾਂਗੇ, ਕਈ ਦਿਨਾਂ ਦੀ ਵੀਡੀਓ ਆ। ਪਹਿਲਾਂ ਇਹਦੇ ਉੱਤੇ ਸਿਰਫ ਫੁੱਲ ਲੱਗੇ ਸੀਗੇ ਜਦੋਂ ਅਸੀਂ ਪਾਇਆ ਹੈਗਾ, ਅਤੇ ਜਦੋਂ ਉੱਪਰੋਂ ਲਾਗਰਾਂ ਤੋੜਤੀਆਂ, ਇੱਥੋਂ ਆਹ ਦੇਖੋ ਆਹ ਛੋਟੀ ਜਿਹੀ ਬੱਲ ਹੈ, ਇਸ ਤਰ੍ਹਾਂ ਇਹ ਲਾਗਰਾਂ ਤੋੜਤੀਆਂ, ਜਦੋਂ ਲਾਗਰਾਂ ਤੋੜਦੀਆਂ 2-2 ਲਾਗਰਾਂ ਨਿਕਲਿਆਂਗਾ, ਜਦੋਂ ਹੋਰ ਲਾਗਰਾਂ ਨਿਕਲਦੀਆਂ ਤਾਂ ਉਹਨਾਂ 'ਤੇ ਕੱਦੂ ਲੱਗਦੇ ਆ। ਜਦੋਂ ਆਪਾਂ ਟੂਸਾ ਤੋੜ ਦਿੰਦੇ ਹਾਂ ਬੱਲ ਦਾ, ਸਿਰੇ ਵਾਲੀ ਦਾ, ਪਹਿਲਾਂ ਫੁੱਲ ਲੱਗਦੇ ਹੁੰਦੇ, ਜਿਹੜੀਆਂ ਸਾਈਡਾਂ 'ਤੇ ਲਾਗਰਾਂ ਨਿਕਲਦੀਆਂ ਨੇ ਉਹਨਾਂ 'ਤੇ ਕੱਦੂ ਲੱਗਦੇ ਆ। ਆਹ ਦੇਖੋ ਆਹ ਅੱਲਾਂ ਲੱਗੀਆਂ ਹੋਈਆਂ ਨੇ, ਅਤੇ ਇਹ ਜਦੋਂ ਆਪਾਂ ਟੂਸੇ ਤੋੜ 'ਤੇ ਇਹਨਾਂ 'ਤੇ ਅੱਲਾਂ ਲੱਗਣ ਲੱਗ ਗਈਆਂ। ਆਹ ਦੇਖੋ ਇਹ ਹੁਣ ਲੱਗਣ ਤਾਂ ਲੱਗ ਗਈਆਂ, ਪਰ ਕਈ ਵੀਰਾਂ ਦੇ ਕਮੈਂਟ ਆਏ ਸੀ ਜਿਵੇਂ ਆਹ ਬੱਲਾਂ ਦੇਖੋ ਸੁੱਕਦੀਆਂ ਜਾ ਰਹੀਆਂ ਨੇ, ਵੀ ਬੱਲਾਂ ਤਾਂ ਬਾਈ ਜੀ ਮੱਚਣ ਲੱਗ ਗਈਆਂ ਜਾਂ ਕੱਦੂ ਮੱਚ ਜਾਂਦੇ, ਆਹ ਬੱਲਾਂ ਦੇਖੋ ਕਿੰਨੀਆਂ ਹੈਲਥੀ ਹੈ, ਇਹਨਾਂ ਦੇ ਵਿੱਚ ਅਸੀਂ ਪਹਿਲਾਂ ਪਾਇਆ ਸੀ ਇਹੀ ਘੋਲ, ਅਤੇ ਇਹਨਾਂ 'ਚ ਨਹੀਂ ਪਾਇਆ, ਅਤੇ ਇਹ ਮੱਚ ਰਹੀਆਂ ਨੇ, ਅਤੇ ਇਹ ਬਿਲਕੁਲ ਹੈਲਥੀ ਖੜੀਆਂ, ਇਹਨਾਂ ਦਾ ਪੱਤਾ ਵੀ ਕਾਫੀ ਵੱਡਾ ਹੈਗਾ, ਅਤੇ ਇਹਨਾਂ ਦੇ ਕੱਦੂ ਵੀ ਲੱਗੇ ਹੋਏ, ਅਤੇ ਕੋਈ ਕੱਦੂ ਮੱਚਿਆ ਨਹੀਂ ਲੱਗ ਗਏ, ਅਤੇ ਇਹ ਬੱਲ ਉਹਦੇ ਨਾਲ ਛੋਟੀ ਵੀ ਹੈ, ਪਰ ਉਹ ਜਿਹੜੀ ਬੱਲ ਹੈਗੀ ਉਹਦੇ ਮੱਚ ਵੀ ਰਹੇ ਆ ਕੱਦੂ, ਅਤੇ ਆਹ ਕੁਮਾਰ ਵੀ ਲਾਇਆ ਹੋਇਆ ਸੀ, ਇਹਦੇ ਬਾਰੇ ਵੀਡੀਓ ਪਾਵਾਂਗੇ ਕਿ ਕੁਮਾਰ ਕਿਵੇਂ ਲਾਉਣਾ, ਕਿਵੇਂ ਇਹਦੀ ਸਬਜ਼ੀ ਬਣਦੀ ਹੈ, ਅਚਾਰ ਵੀ ਪੈਂਦਾ, ਇਹਦਾ ਬਹੁਤ ਹੀ ਹੈਲਥ ਵਾਸਤੇ ਚੰਗੀ ਚੀਜ਼ ਹੈਗੀ। ਬਾਕੀ ਤੁਸੀਂ ਆਖੋਗੇ ਹੁਣ ਗੱਲ ਹੋਰ ਪਾਸੇ ਲੈ ਗਏ, ਆਪਾਂ ਗੱਲ ਕਰਦੇ ਹਾਂ ਦੁਬਾਰਾ ਘੋਲ ਦੀ, ਤਾਂ ਇਹ ਘੋਲ ਜਿਹੜਾ ਦੇਸੀ ਤਰੀਕੇ ਦਾ ਖਾਦ ਦਾ ਘੋਲ ਹੈ, ਜਬਰੈਲਿਕ ਐਸਿਡ ਪਿਓਰ,
ਜਿਹੜਾ ਆਪਾਂ ਬਾਜ਼ਾਰ 'ਚੋਂ ਜਬਰੈਲਿਕ ਐਸਿਡ ਤੋਂ ਖਰੀਦਦੇ ਹਾਂ ਉਹ ਤਾਂ ਇੱਕੇ ਦਮ ਫਸਲ ਨੂੰ ਵਧਾਉਂਦਾ ਹੈਗਾ। ਕੋਈ ਵੀ ਚੀਜ਼ ਜਦੋਂ ਆਪਾਂ ਪਾਉਂਦੇ ਹਾਂ ਨਾ ਇੱਕੇ ਦਮ ਵੱਧਦੀ ਹੈ, ਅਤੇ ਉਹ ਜਿਵੇਂ ਲੱਕ ਟੁੱਟਣ ਵਾਲਾ ਕੰਮ ਹੋ ਜਾਂਦਾ ਫਸਲ ਦਾ। ਅਤੇ ਹੋਰ ਵੀ ਅਸੀਂ ਕਈ ਚੀਜ਼ਾਂ 'ਚ ਪਾ ਕੇ ਦੇਖਿਆ ਹੈਗਾ, ਜਿਵੇਂ ਕਿ ਝੋਨੇ ਦੀ ਪਨੀਰੀ 'ਤੇ ਵੀ ਛਿੜਕਿਆ ਸੀ ਘੋਲ ਇਹ, ਜਿਹਦੇ ਨਾਲ ਝੋਨੇ ਦੀ ਪਨੀਰੀ ਦੀ ਹਾਲਤ ਕਾਫੀ ਚੰਗੀ ਹੋ ਗਈ ਸੀ। ਜਿੱਥੇ ਕਿਤੇ ਪੀਲਾਪਣ ਹੋਵੇ ਉਹ ਹਟ ਜਾਂਦਾ। ਦੇਖੋ ਆਹ ਬਾਲਾਂ ਜਿਹੜੀਆਂ ਇਹਨਾਂ ਦੀ ਵੀ ਅਸੀਂ ਛਿੜਕਿਆ ਸੀ, ਪਰ ਵੀ ਕੱਦੂ ਜਿਹੜੇ ਮੱਚ ਰਹੇ, ਤੁਹਾਨੂੰ ਦਿਖਾਵਾਂਗੇ ਇੱਥੇ ਕੱਦੂ ਸੀਗਾ ਉਹ ਮੱਚ ਰਹੇ ਸੀ। ਉਸ ਤੋਂ ਬਾਅਦ ਇਹ ਹਟ ਗਏ ਜਦੋਂ ਹੀ ਘੋਲ ਪਾਤਾ ਸੀ, ਉਸ ਤੋਂ ਬਾਅਦ ਮੱਚਣੋਂ ਹਟ ਗਏ। ਆਓ ਹੁਣ ਦੇਖਦੇ ਹਾਂ ਘੋਲ ਬਣਾਉਣਾ ਕਿਵੇਂ ਹੈ। ਅਤੇ ਆਹ ਦੇਖੋ 4 ਦਿਨਾਂ ਬਾਅਦ ਇਹ ਘੋਲ ਇਸ ਤਰ੍ਹਾਂ ਦਾ ਹੋ ਜਾਂਦਾ ਹੈਗਾ। ਇਹ 4 ਦਿਨ ਹੋਏ ਇਹਨੂੰ, ਜਿਵੇਂ ਜਿਵੇਂ ਜ਼ਿਆਦਾ ਟਾਈਮ ਲੰਘੀ ਜਾਵੇ ਬਿਲਕੁਲ ਕਾਲਾ ਹੁੰਦਾ ਜਾਊਗਾ, ਜਿਵੇਂ ਸ਼ਰਾਬ ਹੁੰਦੀ ਹੈ ਜਾਂ ਗੁੜ ਹੁੰਦਾ, ਜਿਵੇਂ ਇਸ ਤਰ੍ਹਾਂ ਉਹ ਚੀਜ਼ ਵਾਂਗੂ ਹੋ ਜਾਂਦਾ ਇਹ। ਅਤੇ ਆਹ ਕੋ ਅਸੀਂ ਇਹਦੇ ਉੱਤੇ ਬੱਲਾਂ ਦੇ ਉੱਤੇ ਛਿੜਕਦੇ ਵੀ ਹੁੰਦੇ ਹਾਂ ਅਤੇ ਜੜ੍ਹ 'ਚ ਵੀ ਪਾਉਂਦੇ ਹੁੰਦੇ ਹਾਂ। ਅਤੇ ਇਹਨੂੰ ਤੁਸੀਂ ਛਿੜਕ ਵੀ ਸਕਦੇ ਹੋ, ਜੜ੍ਹ 'ਚ ਵੀ ਪਾਉਂਦੇ ਹੋ, ਅਤੇ ਦੋਨੇ ਥਾਈਂ ਇਹ ਕੰਮ ਕਰਦਾ ਹੈਗਾ। ਛਿੜਕ ਵੀ ਸਕਦੇ ਹੋ ਤੁਸੀਂ, ਜੜ੍ਹ 'ਚ ਵੀ ਪਾ ਸਕਦੇ ਹੋ। ਆ ਦੇਖੋ ਇਸ ਤਰ੍ਹਾਂ ਇਹਨੂੰ ਤੁਸੀਂ ਪਾ ਲਓ। ਆ ਪ੍ਰੈਸ਼ਰ ਹੋਊਗਾ ਤੁਹਾਡੇ ਕੋਲ, ਨਹੀਂ ਤੁਸੀਂ ਦੁਕਾਨ ਤੋਂ ਲੈ ਸਕਦੇ ਹੋ, 15-20 ਰੁਪਈਆਂ ਦਾ ਮਿਲ ਜਾਂਦਾ ਜੇਕਰ ਥੋੜ੍ਹੀਆਂ ਬੱਲਾਂ ਕਰਨੀਆਂ। ਜੇਕਰ ਜ਼ਿਆਦਾ ਕਰਨੀਆਂ ਤਾਂ ਆਪਣੇ ਕੋਲ ਢੋਲੀ ਹੁੰਦੀ ਹੈ ਸਪਰੇਅ ਵਾਲੀ, ਉਹਦੇ ਵਿੱਚ ਪਾ ਕੇ ਤੁਸੀਂ ਕਰ ਸਕਦੇ ਹੋ। ਕੁਛ ਇਹਦੇ ਵਿੱਚ ਪਾਣੀ ਪਾ ਲਓ, ਅਤੇ ਢੋਲੀ ਜੇਕਰ 18 ਲੀਟਰ ਵਾਲੀ ਹੈ ਤਾਂ ਉਹ 'ਚ 2 ਲੀਟਰ ਪਾ ਲਓ, 1 ਲੀਟਰ ਪਾ ਲਓ, ਉਹ ਕਾਫੀ ਰਹਿੰਦਾ ਹੈਗਾ। ਅਤੇ ਇਸ ਤਰ੍ਹਾਂ ਇਹਨੂੰ ਤੁਸੀਂ ਛਿੜਕ ਸਕਦੇ ਹੋ, ਅਤੇ ਕਾਫੀ ਚੰਗੇ ਦੇ ਰਿਜ਼ਲਟ ਨੇ। ਅਤੇ ਤੁਹਾਨੂੰ ਇੱਥੇ ਦਿਖਾਵਾਂਗੇ, ਗੱਲਾਂ ਵੀ ਲੱਗੀਆਂ ਹੋਈਆਂ ਇਹਨੂੰ। ਜਦੋਂ ਤੁਸੀਂ ਛਿੜਕੋਗੇ ਇੱਕ ਤਾਂ ਬੱਲਾਂ ਮੱਚਣੋਂ ਹਟ ਜਾਣਗੀਆਂ, ਜਦੋਂ ਬੱਲਾਂ ਨਾ ਮੱਚੀਆਂ ਉਹਨਾਂ ਦੇ ਵਿੱਚ ਤਾਕਤ ਹੋਈ ਤਾਂ ਕੱਦੂ ਵੀ ਫੇਰ ਹੀ ਬਣਨਗੇ। ਜਦੋਂ ਬੱਲਾਂ ਮਰੀ ਜਾਂਦੀਆਂ ਗਰਮੀ ਨਾਲ, ਇੱਕ ਬੱਲਾਂ ਨੂੰ ਧੋਵੋ ਜ਼ਰੂਰ। ਆ ਦੇਖੋ ਅੱਲਾਂ ਲੱਗੀਆਂ ਹੋਈਆਂ ਨੇ, ਬੱਲਾਂ ਨੂੰ ਧੋਵੋ ਜ਼ਰੂਰ, ਦਿਨ ਵਿੱਚ ਦੀ 2 ਵਾਰੀ ਧੋ ਲਓ, 1 ਵਾਰੀ ਧੋ ਲਓ, ਕਿਉਂਕਿ ਰੀਣ ਬਹੁਤ ਜ਼ਿਆਦਾ ਪੈਂਦੀ ਇਸ ਟਾਈਮ, ਰੇਤਾ ਬਹੁਤ ਜ਼ਿਆਦਾ ਪੈਂਦਾ ਕਰਦਾ। ਅਤੇ ਆ ਦੇਖੋ ਇਸ ਤਰ੍ਹਾਂ ਤੁਸੀਂ ਇਹਦੇ ਛਿੜਕਾਅ ਕਰੋਗੇ, ਇਹਦੇ ਪੱਤੇ ਮੱਚਣੋਂ ਹਟ ਜਾਣਗੇ। ਜਦੋਂ ਜਿਹੜਾ ਪੱਤਿਆਂ 'ਚ ਜਿਹੜੀ ਤਾਕਤ ਹੋਊਗੀ ਬਲ ਦਾ, ਕੋਈ ਵੀ ਪੱਤਾ ਨਾ ਮੱਚਿਆ ਤਾਂ ਬਲ ਵੀ ਤੰਦਰੁਸਤ ਹੋਊਗੀ, ਅਤੇ ਉਹਦੇ ਫਿਰ ਫਲ ਉਹ ਫੇਰ ਹੀ ਲੱਗੂਗਾ। ਫਿਰ ਕਈ ਵਾਰ ਕੀ ਹੈ, ਜਦੋਂ ਆਪਾਂ ਟੂਸਾ ਤੋੜ ਦਿੰਦੇ ਹਾਂ, ਕਟਿੰਗ ਕਰ ਦਿੰਦੇ ਹਾਂ, ਫਲ ਤਾਂ ਬਲ ਚੱਕਣ ਲੱਗ ਜਾਂਦੀ ਹੈ, ਪਰ ਜਿਹੜੇ ਉਹ ਫਲ ਅਲੱਗ ਅਲੱਗ ਮੱਚੀ ਜਾਂਦੇ ਆ, ਲੋ ਨਾਲ ਲਾ ਲਓ ਜਾਂ ਗਰਮੀ ਬਹੁਤ ਜ਼ਿਆਦਾ ਹੈ, ਜਾਂ ਬੱਲਾਂ ਦੀ ਉਮਰ ਹਜੇ ਬੱਲਾਂ ਛੋਟੀਆਂ ਹੁੰਦੀਆਂ ਨੇ, ਕਿਉਂਕਿ ਬੱਲਾਂ ਜਿਹੜੀਆਂ ਮਗਰੋਂ ਪੱਕ ਜਾਂਦੀਆਂ ਬੱਲਾਂ, ਉਦੋਂ ਤਾਂ ਕਿੰਨੀ ਵੀ ਕਟਿੰਗ ਕਰੀ ਜਾਓ ਇਹਦੇ ਕੱਦੂ ਨਾਲ ਦੀ ਨਾਲ ਹੀ ਬਣੀ ਜਾਂਦੇ ਅਲੱਗ ਅਲੱਗ, ਅਗਸਤ ਸਤੰਬਰ ਮਹੀਨੇ ਜਿੱਦਾਂ। ਪਰ ਜਿਹੜੇ ਇਹਦਾ ਟਾਈਮ ਪੀਰੀਅਡ ਹੈਗਾ ਮਈ ਦਾ, ਜੇਕਰ ਮਈ ਦਾ ਮਹੀਨਾ ਇਹ ਬੱਲਾਂ ਤੰਦਰੁਸਤ ਰਹਿਣਗੀਆਂ ਤਾਂ ਇਹ ਜੂਨ ਜੁਲਾਈ 'ਚ ਬਹੁਤ ਜ਼ਿਆਦਾ ਇਹਦੇ ਕੱਦੂ ਲੱਗਦੇ। ਆਪਾਂ ਕਟਿੰਗ ਕਰਤੀ ਮਈ 'ਚ ਹੀ ਕੱਦੂ ਲੱਗਣ ਲੱਗ ਗਏ, 10 ਮਈ ਤੋਂ ਤੱਕ ਇਹਦੇ ਇਹ ਬੱਲਾਂ ਦੇ ਫੁੱਲ ਕੱਦੂ ਲੱਗਣ ਲੱਗ ਜਾਣਗੇ। ਆਹ ਦੇਖੋ ਆਹ ਬੱਲ ਹੈਗੀ, ਇਹਦੇ ਪਿਛਲੀ ਵਾਰ ਜਦੋਂ ਅਸੀਂ ਛਿੜਕਾਅ ਕਰਿਆ ਸੀ, ਇਹਦੇ ਬੱਲ ਦਾ ਜਦੋਂ ਤੋਂ ਲਾਈ ਹੋਈ ਪਹਿਲਾ ਪੱਤਾ ਵੀ ਹਜੇ ਖੜਾ ਹੈਗਾ ਬੱਲ ਦਾ। ਅਤੇ ਜਿਹੜੇ ਆਪਾਂ ਇੱਕ ਪਾਸੇ ਸੁਣੋ ਆਹ ਟਮਾਟਰਾਂ ਦਾ ਬੂਟਾ ਆ ਗਿਆ, ਇਹਦੇ ਨਾਲ ਹੀ ਆ ਦੇਖੋ ਕੱਦੂ ਦੇ ਲੱਗੇ ਹੋਏ, ਛੋਟੀ ਜਿਹੀ ਬੱਲ ਆ ਦੇਖੋ, ਸਿਰਫ ਐਡੀ ਕੁ ਬੱਲ ਹੈ, ਅਤੇ ਇਹਦੇ 6-7 ਕੱਦੂ ਲੱਗੇ ਹੋਏ ਹੈਗੇ, ਅਤੇ ਸਿਰਫ ਮਹੀਨੇ 1.5 ਮਹੀਨੇ ਦੀ ਬੱਲ ਆਈ। ਆਹ ਦੇਖੋ ਬਾਕੀ ਜੇ ਬੱਲਾਂ ਗੇਤੀਆਂ ਲਾਉਣੀਆਂ ਹੋਣ, ਦਸੰਬਰ ਨਵੰਬਰ ਦਸੰਬਰ 'ਚ ਲਾ ਦੇ ਲਿਫਾਫਿਆਂ 'ਚ, ਅਤੇ ਜਨਵਰੀ ਵਗੈਰਾ 'ਚ ਉਹਨੂੰ ਲਾ ਕੇ ਉਹਨੂੰ ਪਰਾਲੀ ਵਗੈਰਾ ਨਾਲ ਢੱਕ ਦੇ, ਅਤੇ ਉਹ ਬਹੁਤ ਵਧੀਆ ਰਹਿੰਦਾ ਹੈਗਾ। ਅਤੇ ਮਾਰਚ 'ਚ ਉਹਦੇ ਕੱਦੂ ਲੱਗਣ ਲੱਗ ਜਾਂਦੇ ਆ, ਜਾਂ ਅਪ੍ਰੈਲ ਦੇ ਪਹਿਲੇ 15ਵਾੜੇ 'ਚ ਜਦੋਂ ਪਹਿਲਾਂ ਕੱਦੂ ਲੱਗ ਜਾਂਦੇ ਹੈਗੇ, ਅਤੇ ਜਿਹੜੀ ਆ ਮਈ ਅਤੇ ਅਪ੍ਰੈਲ ਦੇ ਲਾਸਟ ਵਾਲੀ ਗਰਮੀ ਹੈ, ਉਦੋਂ ਨੂੰ ਬੱਲਾਂ ਚੰਗੀ ਤਰ੍ਹਾਂ ਤਿਆਰ ਹੋ ਜਾਂਦੀਆਂ। ਆਹ ਦੇਖੋ ਇਹਨੂੰ ਇਸ ਤਰ੍ਹਾਂ ਤੁਸੀਂ ਪੱਤਿਆਂ 'ਤੇ ਛਿੜਕੋਗੇ ਗੱਲੇ ਗੱਲੇ 'ਤੇ। ਅਤੇ ਆਹ ਦੇਖੋ ਆਹ ਬੱਲਾਂ 'ਤੇ ਅਸੀਂ ਛਿੜਕਿਆ ਨਹੀਂ ਸੀ, ਆਹ ਬੱਲਾਂ ਦੇਖੋ ਮੱਚ ਰਹੀਆਂ ਨੇ, ਆਹ ਥੱਲੋਂ ਮੱਚ ਗਈਆਂ ਬੱਲਾਂ 'ਤੇ, ਬਹੁਤ ਪਤਲੀਆਂ ਬੱਲਾਂ ਨੇ, ਅਤੇ ਇਹਨਾਂ ਦੀ ਕਟਿੰਗ ਕਰੀ ਸੀ ਉਹ ਤਾਂ ਇੱਕ ਬੱਲ ਤਾਂ ਮੱਚੀ ਨਹੀਂ ਲੱਗ ਗਈ ਬਿਲਕੁਲ। ਆਹ ਦੇਖੋ
ਤੇ ਆਹ ਦੇਖੋ ਕੱਦੂ ਸੀਗਾ ਇੱਥੇ ਲੱਗਿਆ ਹੋਇਆ ਤੇ ਮੱਚ ਗਿਆ, ਕਿਉਂਕਿ ਇਹਦੇ ਅਸੀਂ ਇਹ ਛਿੜਕਾਅ ਨਾ ਤਾਂ ਇਹਦੀ ਜੜ 'ਚ ਪਾਇਆ ਘੋਲ ਇਹ, ਨਾ ਇਹਦੇ ਛਿੜਕਾਅ ਕਰਿਆ, ਤੇ ਇਹ ਪਾਥੀਆਂ ਦਾ ਪਾਣੀ ਹੈ ਸਿਰਫ 4 ਦਿਨ ਤੁਸੀਂ ਪਾਥੀਆਂ ਨੂੰ ਭਿਉਂ ਕੇ ਰੱਖਣਾ, ਸਾਲ ਤੋਂ 6 ਮਹੀਨੇ ਪੁਰਾਣੀਆਂ ਪਾਥੀਆਂ ਜ਼ਰੂਰ ਹੋਣ, ਜਿੰਨੀਆਂ ਜ਼ਿਆਦਾ ਪੁਰਾਣੀਆਂ ਹੋਣਗੀਆਂ ਉਨਾ ਜ਼ਿਆਦਾ ਰਿਜ਼ਲਟ ਹੋਊਗਾ, ਤੇ ਜਦੋਂ ਵੀ ਇਹ ਤੁਸੀਂ ਬਣਾਉਣਾ ਘੋਲ ਇਹਨੂੰ ਢੱਕ ਕੇ ਰੱਖ ਦਿਓ 4-5 ਦਿਨਾਂ ਬਾਅਦ, ਤੁਸੀਂ ਇਹਨੂੰ ਛਿੜਕ ਵੀ ਸਕਦੇ ਹੋ, ਜੜ 'ਚ ਵੀ ਪਾ ਸਕਦੇ ਹੋ, ਜੜ 'ਚ ਜ਼ਿਆਦਾ ਨਾ ਪਾਓ ਨੇੜੇ, ਦੂਰ ਕਰਕੇ ਪਾਓ ਜੜ 'ਚ, ਤੇ ਉੱਤੋਂ ਹੀ ਤੁਸੀਂ ਪਾਣੀ ਪਾ ਸਕਦੇ ਹੋ, ਤੇ ਬਾਕੀ ਜਿੰਨਾ ਬੱਲਾਂ 'ਚ ਪਾਣੀ ਪਵੇ ਇੱਥੇ ਹੁਣ, ਤੇ ਇਹਨਾਂ ਨੂੰ ਬੱਲਾਂ ਉੱਤੋਂ ਧੋਤਾ ਜਾਵੇ, ਉਨੀਆਂ ਹੀ ਬੱਲਾਂ ਹੀ ਤੰਦਰੁਸਤ ਰਹਿਣਗੀਆਂ, ਉਨੀ ਹੀ ਕੱਦੂ ਲੱਗਣਗੇ। ਬਾਕੀ ਤੁਸੀਂ ਇੱਕ ਵਾਰੀ ਜਿਹੜੀ ਉੱਪਰ ਆਈ ਬਟਨ 'ਚ ਵੀ ਵੀਡੀਓ ਵੀ ਸਾਰੀਆਂ ਦੇਖੋ, ਇਹ ਵੀ ਦੇਖੋ, ਤੇ ਆਈ ਬਟਨ ਵਾਲੀਆਂ ਵੀਡੀਓ ਜ਼ਰੂਰ ਦੇਖੋ ਵੀ ਕੱਦੂ ਦੀਆਂ ਬੱਲਾਂ ਨੂੰ ਕਿਵੇਂ ਕੱਟਣਾ ਹੈਗਾ। ਜਦੋਂ ਕੱਦੂ ਦੀ ਬੱਲ ਦੇ 10 ਪੱਤੇ ਹੋ ਜਾਣ, ਉਹਨੂੰ ਖਾਸ ਤਰੀਕੇ ਨਾਲ ਕੱਟਿਆ ਜਾਂਦਾ ਹੈਗਾ, ਤੇ ਉਦੋਂ ਬਾਅਦ ਬਹੁਤ ਜ਼ਿਆਦਾ ਕੱਦੂ ਲੱਗਦੇ, ਵੀ ਕੱਦੂ ਸਮਝਦੇ ਨਹੀਂ, ਖਾਣ ਵਾਲੇ ਘੱਟ ਜਾਂਦੇ, ਪਿਛਲੇ ਸਾਲ ਕੱਦੂ ਪਸ਼ੂਆਂ ਨੂੰ ਪਾਉਂਦੇ ਰਹੇ ਅਸੀਂ। ਤੇ ਇੱਕ ਬੱਲ ਜੋ ਘਰੇ ਲਾਈ ਹੋਈ ਸੀ ਤੇ ਉਹਦੇ 104 ਕੱਦੂ ਲੱਗੇ ਸੀ ਗਿਣ ਕੇ, ਤੇ ਇਸ ਵਾਰ ਵੀ ਪੰਜ ਪੰਜ ਚਾਰ ਚਾਰ ਲੱਗੇ ਪਏ ਹੈਗੇ ਕੱਦੂ ਬੱਲਾਂ ਤੇ। ਆਹ ਦੇਖੋ ਇਹਨੂੰ ਤੁਸੀਂ ਘੋਲ ਨੂੰ ਇਸ ਤਰ੍ਹਾਂ ਜੜ 'ਚ ਵੀ ਪਾ ਸਕਦੇ ਹੋ, ਅਸੀਂ ਪਹਿਲਾਂ ਵੀ ਪਾਇਆ ਹੋਇਆਗਾ, ਤੇ ਬਾਕੀ ਆ ਦੁਬਾਰਾ ਵੀ ਪਾ ਦਿੰਦੇ ਹਾਂ, ਇਹ ਤੁਹਾਨੂੰ ਦਿਖਾਉਣ ਲਈ ਪਾ ਰਹੇ ਹਾਂ, ਤੁਸੀਂ ਵੱਧ ਵੀ ਪਾ ਸਕਦੇ ਹੋ ਇਦੋਂ। ਆਹ ਦੇਖੋ ਇੱਥੇ ਪਾਣੀ ਪਾਇਆ ਹੋਇਆ ਗਿੱਲ ਹੈਗੀ ਹੈ, ਇਸ ਤਰ੍ਹਾਂ ਤੁਸੀਂ ਇਹ ਬੱਲਾਂ ਦੇ ਵਿੱਚ ਘੋਲ ਪਾ ਦੇਣਾ। ਵੀਡੀਓ ਤੁਹਾਨੂੰ ਸਮਝ ਲੱਗੀ ਜੀ, ਹੋ ਸਕਦਾ ਤੁਹਾਨੂੰ ਲੱਗੇ ਵੀਡੀਓ ਥੋੜ੍ਹੀ ਲੰਮੀ ਹੋ ਗਈ, ਪਰ ਸਾਰੀਆਂ ਗੱਲਾਂ ਦੱਸਣੀਆਂ ਜ਼ਰੂਰੀ ਸੀ। ਜੇਕਰ ਆਹ ਦੇਖੋ ਆਹ ਬੱਲਾਂ ਅਸੀਂ ਇੰਨੀਆਂ ਕੁ ਲਾਈਆਂ ਹੋਈਆਂ ਉੱਪਰੇ, ਉੱਪਰੋਂ ਹੁਣ ਕੋਠੇ ਤੋਂ ਅਸੀਂ 2 ਛੱਟੀਆਂ 3 ਹੋਰ ਬੰਨ ਕੇ ਲਮਕਾ ਦੇਵਾਂਗੇ, ਇੱਕ ਛੱਤ 'ਤੇ ਚਲੀਆਂ ਜਾਣਗੀਆਂ, ਉਦੋਂ ਬਾਅਦ ਖੁੱਲ੍ਹੀ ਹਵਾ ਲੱਗਦੀ, ਉੱਥੇ ਥੱਲੋਂ ਪਾਣੀ ਪਾਉਣਾ ਸਿਰਫ, ਅਤੇ ਕੱਦੂ ਜਦੋਂ ਛੱਤ 'ਤੇ ਬਾਗੀ ਬੱਲ ਬਹੁਤ ਜ਼ਿਆਦਾ ਲੱਗਦੇ ਹੈਗੇ। ਅਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ 'ਤੇ, ਉਹ ਵੀ ਤੁਸੀਂ ਦੇਖ ਸਕਦੇ ਹੋ, ਇਹ ਘੋਲ ਤੁਸੀਂ ਬਣਾ ਲਓ, ਆਸਾਨ ਤਰੀਕਾ, ਕੋਈ ਖਰਚਾ ਨਹੀਂ। ਅਤੇ ਜੇ ਆਪਾਂ ਸਪਰੇਆਂ ਛਿੜਕਾਂਗੇ ਬਾਜ਼ਾਰੋਂ ਲਿਆ ਕੇ, ਨਾਲੇ ਤਾਂ ਉਹਦੇ ਨਾਲ ਬਿਮਾਰੀਆਂ ਹੁੰਦੀਆਂ, ਕੈਂਸਰ ਵਗੈਰਾ, ਹੋਰ ਬਹੁਤ ਕੁਛ, ਅਤੇ ਇਹ ਚੀਜ਼ ਵਧੀਆ ਹੈਗੀ, ਨਾ ਕੋਈ ਬਿਮਾਰੀ, ਦੇਸੀ ਤਰੀਕਾ, ਨਾ ਕੋਈ ਖਰਚਾ, ਨਾਲੇ ਘਰ ਦੀ ਸਬਜ਼ੀ ਖਾਓਗੇ ਤੰਦਰੁਸਤ ਰਹੋਗੇ। ਬਾਕੀ ਸਬਜ਼ੀਆਂ ਤਾਂ ਮੁੱਲ ਦਿਖਾਉਂਦੀਆਂ, ਆਪਾਂ ਨੂੰ ਪਤਾ ਹੀ ਹੈ ਸੀਵਰੇਜਾਂ ਦਾ ਪਾਣੀ ਲੱਗਦਾ, ਅਤੇ ਬਹੁਤ ਗੰਦਾ ਕੰਮ ਹੁੰਦਾ ਹੈਗਾ, ਬਹੁਤ ਖਰਾਬ ਬੇਹੀ ਸਬਜ਼ੀ ਆਉਂਦੀ ਹੈ। ਬਾਕੀ ਅਸੀਂ ਆ ਭਿੰਡੀਆਂ ਵਾਲੀ ਵੀਡੀਓ ਵੀ ਪਾਈ ਸੀ ਕਿ ਜਿਹਦੇ ਭਿੰਡੀਆਂ ਨਹੀਂ ਲੱਗਦੀਆਂ, ਉਹ ਵੀ ਦੇਖ ਸਕਦੇ ਹੋ ਤੁਸੀਂ ਉੱਪਰ ਆਈ ਬਟਨ 'ਚ ਕਲਿੱਕ ਕਰਕੇ, ਅਤੇ ਵੀ ਭਿੰਡੀਆਂ ਨਹੀਂ ਲੱਗਦੀਆਂ, ਉਹਨਾਂ ਦੀ ਕਟਿੰਗ ਕਿਵੇਂ ਕਰਨੀ ਹੈ, ਵੀ ਭਿੰਡੀਆਂ ਵੱਧ ਤੋਂ ਵੱਧ ਲੱਗਣ, ਬਹੁਤ ਆਸਾਨ ਤਰੀਕਾ, ਉੱਪਰ ਜਾ ਕੇ ਆਈ ਬਟਨ 'ਚ ਜ਼ਰੂਰ ਦੇਖੋ। ਵੀਡੀਓ ਦੇਖਣ ਲਈ ਧੰਨਵਾਦ, ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਇਕਨ ਜ਼ਰੂਰ ਦੱਬੋ, ਧੰਨਵਾਦ।